क्यों? मैं नहीं जा रहा, मैं मांग कर खा लूंगी बेटा, मंदिरों में बैठ मांग के खा लूंगी, मैं नहीं जा रहा। तस्वीरां विच ए बुजुर्ग औरत जो तुसी वेख रहे हो, जानकारी मुताबक इस दे चार मुंडे सन जो कि एक एक करके मर गए। उक्त बेसहारा औरत नू जद नू वलों घरों कढ दिता गया तां ओ थां थां दियां ठोकरां खाण लई मजबूर हो गई। उस वेले राज नाम दी औरत बुजुर्ग औरत लई मसीहा बन के आई अते इस दी सेवा कीती। मीडिया नाल गल करदिआं राज ने दस्या कि वह बजुर्ग औरत नू जद घर लेके आई सी तां उसकी हालत बेहद खराब सी, सेवा करन तो बाद थोड़ा सुधार जरूर होया। राज ने मीडिया नाल गल करदिआं मदद की गुहार लगाई है कि बजुर्ग औरत नू वध सेवा की लोड़ है, पर उम्र होण करके हुण उसकी सेवा नहीं कर सकती, इसलिए बिरध आश्रम तक पहुँचाण विच उसकी सहायता की जाए ता जो उन्हां नू जिंदगी जीउण विच कोई मुश्किल पेश ना आवे। जदों दी मुंडे दी नौकरी हैगी इहदे दी, इहनू दो रोटी नहीं दे सकदे। चार मुंडे सीगे, चारे मर गए। ਪਹਿਲਾਂ ਵੀ ਕੁਛ ਦਿਨ ਪਹਿਲਾਂ ਵੀ ਮੰਦਰ ਦੇ ਬਾਹਰ ਖੜੇ ਸੀ, ਇਹਨਾਂ ਨੂੰ ਕਿਸੇ ਬਜ਼ੁਰਗਾਂ ਨੂੰ ਘਰੇ ਲੈ ਕੇ ਆਇਓ। ਹਾਂ, ਤੇ ਕਿਵੇਂ ਲੈ ਲੱਗਿਆ ਸੇਵਾ ਕਰਕੇ ਤੁਹਾਨੂੰ? ਨਹੀਂ, ਮੈਨੂੰ ਤਾਂ ਬਹੁਤ ਅੱਛਾ ਲੱਗਦਾ। ਇੱਕ ਮੈਂ ਹੁਣ ਸਰੀਰ ਤੋਂ ਪੁੱਤ ਦੁਖੀ ਹੈ ਵੀ ਮਾੜੀ ਸ਼ੂਗਰ ਵੱਧ ਜਾਂਦੀ ਹੈ, ਮੇਰੇ ਕੋਲ ਆਪਣਾ ਨਹੀਂ ਹੁੰਦਾ। ਮੈਂ ਦੇਖਦੀ ਵੀ ਕਿਸੇ ਵੇਲੇ ਵਿਚਾਰੀ ਦੇਖਦੀ ਵੀ ਮੈਨੂੰ ਲਿਜਾਵੇ ਬਾਥਰੂਮ 'ਚ ਤਾਂ ਨਾ ਆਵੇ। ਮੈਂ ਕਹਿੰਦੀ ਵੀ ਜੇ ਮੇਰੇ ਕੋਲ ਹੁਣ ਨਹੀਂ ਹੁੰਦਾ ਵੀ, ਮੈਂ ਕਹਿੰਦੀ ਵੀ ਜਾਂ ਤਾਂ ਇਹਨੂੰ ਆਸ਼ਰਮ 'ਚ ਭੇਜਿਆ ਜਾਵੇ ਜਾਂ ਇਹਦੀ ਧੀਏ ਨੂੰ ਲੈ ਜਾਵੇ। ਇਹ ਕਹਿੰਦੀ ਵੀ ਮੇਰੀ ਧੀ ਦਿਨ ਦੁਨੀਆ ਤੱਕ ਰਵੇ ਅਤੇ ਮੈਂ ਤੂੰ ਮੇਰੀ ਧਰਮ ਦਿੱਤੀ। ਚਲੋ ਮੈਂ ਤਾਂ ਧਰਮ ਕਰਕੇ ਵੀ ਇਹਦਾ ਨਵਾਇਆ ਵੀ ਚਲੋ ਸੇਵਾ ਇਹ, ਕੱਲ੍ਹ ਨੂੰ ਮੇਰੇ 'ਤੇ ਵੀ ਬੁਢਾਪਾ ਆਉਣਾ। ਜਿਹੜੀ ਇਹਦੀ ਫੈਮਿਲੀ ਹੈ, ਇਹਦੇ 'ਚ ਚਾਰ ਮੁੰਡੇ ਵੀ ਦੱਸੇ ਜਾ ਰਹੇ ਸੀ, ਇੱਕ ਬੇਟੀ ਦੱਸੀ ਜਾ ਰਹੀ ਸੀ, ਉਹ ਫੈਮਿਲੀ ਦੇ ਵਿੱਚੋਂ ਇਹਨੂੰ ਕਿਸੇ ਨੇ ਨਹੀਂ ਕੋਈ ਲੈ ਕੇ ਗਏ? ਚਾਰੇ ਮੁੰਡੇ ਤਾਂ ਮਰ ਗਏ ਇਹਦੇ ਵਿਚਾਰੀ ਦੇ, ਬੰਦਾ ਇਹਦੇ ਸਿਰ 'ਤੇ ਨਹੀਂ ਹੈਗਾ। ਕੁੜੀ ਦੇ ਵਿਆਹ ਕੀਤਾ, ਉਹਦਾ ਘਰਾਲਾ ਮਰ ਗਿਆ, ਦਿਓਰ ਦੇ ਬਿਠਾਤੀ ਉਹ ਵੀ ਮਰ ਗਿਆ, ਗਾਂ ਉਹਨੇ ਹੋਰ ਕੀਤਾ ਉਹ ਮਰ ਗਿਆ। ਹੁਣ ਉਹ ਦਿਓ ਨਨਾਣ ਭਰਜਾਈ ਦੀ ਬਣਦੀ ਹੈ। ਉਹ ਕਹਿੰਦੇ ਵੀ ਇਹ ਕੰਡਾ ਕਿਉਂ ਰੱਖੀ ਅਸੀਂ ਵਿੱਚ, ਇਸ ਗੱਲੋਂ ਇਹਨੂੰ ਘਰੋਂ ਕੱਢ ਦਿੱਤਾ, ਰੋਟੀ ਨਹੀਂ ਟਾਈਮ ਸਿਰ ਦਿੰਦੀਆਂ, ਜਿਹਨੂੰ ਹਰ ਚੀਜ਼ ਮਿਲੂਗੀ ਉਹ ਘਰੋਂ ਕਿਉਂ ਜਾਊਗਾ? ਬਸ ਉਹੀ 2200 ਰੁਪਈਆ ਵਿਚਾਰੀ ਨੂੰ ਪੈਨਸ਼ਨ ਮਿਲਦੀ। ਦੇਖੋ, ਦਵਾਈ ਦਾਰੂ ਵਾਸਤੇ ਰੱਖਣਾ ਚਾਹੀਦਾ ਇਹਨੂੰ, ਇਹਦੇ ਕੋਲੋਂ ਮੰਗਦੇ 1000 ਰੁਪਈਆ ਕਿਰਾਇਆ ਦੇ, ਸਾਨੂੰ ਰਾਸ਼ਨ ਪਵਾ ਕੇ ਦੇ, ਇਹ ਵਿਚਾਰੀ ਕਿੱਥੋਂ ਕਰੇ? ਦੱਸੋ ਕੁਛ ਨਹੀਂ ਹੈਗੀ ਵਿਚਾਰੀ ਦੀ, ਕੁਛ ਨਹੀਂ ਹੈਗਾ। ਤਾਂ ਸਕੂਲ 'ਚ ਬਸ ਵਿਚਾਰੀ ਕੰਮ ਕਰਦੀ ਸੀ, ਗੌਰਮੈਂਟ ਕਾਲਜ 'ਚ ਕੰਮ ਕਰਦੀ ਸੀ, ਇਹ ਪੈਨਸ਼ਨ ਵੀ ਇਹਨੂੰ ਉੱਥੇ ਹੀ ਮਿਲਦੀ ਹਜੇ ਤੱਕ। ਬਾਂਹ ਟੁੱਟੀ ਹੁਣ ਇਹ ਕੀ ਪਤਾ ਕਿੱਦਾਂ ਟੁੱਟੀ, ਨੂੰਹ ਨੇ ਤੋੜੀ ਆ, ਕੁੜੀ ਨੇ ਤੋੜੀ ਹੈ, ਤਾਂ ਹੁਣ ਮਾਲਕ ਨੂੰ ਪਤਾ, ਆਪਾਂ ਨੂੰ ਕੁਛ ਨਹੀਂ ਪਤਾ। ਮੇਰੇ ਕੋਲ ਤਾਂ ਆਈ ਹੈ, ਰਾਤ ਨੂੰ ਸੁਣਦੀ ਨਹੀਂ ਵਿਚਾਰੀ, ਦਰਦ ਨਾਲ ਤੜਫਦੀ ਹੈ। ਮੈਂ ਕਹਿੰਦੀ ਵੀ ਇਹਦਾ ਕੁਛ ਹੋਣਾ ਚਾਹੀਦਾ, ਜਦ ਧੀ ਜੰਮੀ ਨਹੀਂ ਬਣੀ ਇਹਦੀ ਢਿੱਡ ਦੀ, ਜਾਂ ਨੂੰਹ ਨਹੀਂ ਬਣੀ, ਪੋਤੇ ਪੋਤੀ ਨਹੀਂ ਬਣੇ, ਸਰਕਾਰ ਨੂੰ ਚਾਹੀਦਾ ਇਹਦਾ ਕੋਈ ਹਿੱਲਾ ਵਸੀਲਾ ਕਰੇ ਵਿਚਾਰੀ ਦਾ। ਕੋਈ ਆਸ਼ਰਮ 'ਚ ਛੱਡ ਦਿਓ ਜਿੱਥੇ ਇਹਦੀ ਕੇਅਰ ਹੋ ਜਾਵੇ ਵਿਚਾਰੀ ਦੀ, ਬਾਕੀ ਜਦੋਂ ਮਾਲਕ ਦੀ ਆਉਣੀ ਉਦੋਂ ਹੀ ਇਹਨੇ ਜਾਣਾ। ਹੁਣ ਧੱਕੇ ਨਾਲ ਤੈਨੂੰ ਮਾਰਨ ਤੁਰੇ, ਮੈਂ ਉਹਦੀ ਨੂੰਹ ਨੂੰ ਸੁਨੇਹਾ ਭੇਜਿਆ ਸੀ, ਉਹ ਕਹਿੰਦੀ ਸੀ ਕੱਲ ਨੂੰ ਆਊਂਗੀ, ਆ ਜਾਂਦੀ ਪਈ ਹੈ। ਕੋਈ ਰਿਸ਼ਤੇਦਾਰੀ ਨਹੀਂ, ਮੈਂ ਤਾਂ ਧਰਮ ਨਾਤੇ ਦੀ ਸੇਵਾ ਕਰ ਰਹੀ ਹਾਂ, ਇਨਸਾਨੀਅਤ। ਸਾਰੀ ਬਾਤ ਸੀਟਾ ਕਹਿ ਰਹੀ ਆ, ਨੌਕਰੀ ਨੌਕਰੀ ਦੇ ਪਿੱਛੇ ਹੋਈ ਹੈ ਸਾਰੀ ਬਾਤ ਕਹਿ ਰਹੀ ਆ, ਨੌਕਰੀ ਕਿਉਂ ਡੈਡੀ ਬਾਈ ਗਿਣ ਵੀ ਬਿਨਾ ਬੁਲਾ ਲਈ ਗਰ ਚਵੋ ਸਾਨੂੰ ਕਹੀ ਇਸ ਤਨ ਇਸ ਪੈਸੇ ਕਿਉਂ ਦੇਵੇ, ਇਸ ਤਨਖਾਹ ਕਿਉਂ ਦੇਵੇ, ਫਲਾਣਾ ਕਿਉਂ ਕਰੇ, ਬਹੁ ਨਾ ਕਹਿਣਾ ਮੇਰੇ ਨਾਲ ਗਿਰ ਵੀ ਬਿਨਾ ਕੰਮ ਸਫਾਈ ਦੇਖੀ ਅਗਲੀ ਕੀ ਕਮਲਾ ਕੀ ਉਸਨੇ ਬੁਲਾ ਲਈ ਘਰੋਂ ਕਿਹਨੇ ਕੱਢਿਆ ਤੈਨੂੰ? ਕਿਹੜਾ ਨਾ ਮੈਂ ਸਰੋਜ ਬੋਲੂ ਬੋਲੀ ਸੀਟਾ ਬੋਲੀ ਤੁਮ ਨਿਆਰਾ ਖਾਓ। ਅੱਛਾ, ਉਸਨੇ ਸਰੋਜ ਘਰ ਵਾਲਾ ਪਹਿਲਾਂ ਹੀ ਮਰ ਗਿਆ ਸੀ। ਮਾਂ ਨਾ ਜਨਮ ਇਹਦਾ ਬੁਢਾਪਾ ਦੇਖੀਦਾ, ਸੋਚੀਦਾ ਤੈਨੂੰ ਸੱਤੇ ਗਏਗਾ।